ਬਾਦਸ਼ਾਹ ਸੀ ਨਾ ਤੇ ਉਹ ਹੁਸ਼ ਨਾ ਰਵੇ ਕਰੇ ਹਰ ਵੇਲੇ ਪਰੇਸ਼ਾਨੀ ਦੇ ਆਲਮ ਦੇ ਵਿੱਚ ਰਵੇ ਕਰੇ ਉਹਨੇ ਬੜੇ ਤਬੀਬਾਂ ਕੋਲੋਂ ਇਲਾਜ ਕਰਾਇਆ ਬੜੇ ਹਕੀਮਾਂ ਕੋਲੋਂ ਨੁਸਖੇ ਲਏ ਬੜੇ ਉਹਨੇ ਸਿਆਣੇ ਤੋਂ ਸਿਆਣੇ ਬੰਦਿਆਂ ਕੋਲੋਂ ਜਿਹੜਾ ਨਾ ਬੈਠਕਾਂ ਉਹਨਾਂ ਦੀਆਂ ਲਈਆਂ ਉਹਨਾਂ ਕੋਲ ਪੁੱਛਿਆ ਵੀ ਮੈਨੂੰ ਕੋਈ ਤਰੀਕਾ ਦੱਸੋ ਕਿ ਮੈਂ ਜਿਹੜਾ ਨਾ ਪਰੇਸ਼ਾਨੀ ਨਾ ਰਵੇ ਲੇਕਿਨ ਅੱਲਾ ਦੀ ਦਿੱਤੀ ਹਰ ਚੀਜ਼ ਹੈ ਮੇਰੇ ਕੋਲ ਲੇਕਿਨ ਮੈਂ ਹੁਸ਼ ਨਹੀਂ ਰਹਿੰਦਾ ਪਤਾ ਨਹੀਂ ਕੀ ਚੱਕਰ ਹੈ ਜ਼ਿਹਨ ਦੇ ਉੱਤੇ ਇੱਕ ਪਰੇਸ਼ਾਨੀ ਜੀ ਰਹਿੰਦੀ ਹੈ ਉਹ ਹਾਂਜੀ ਇੱਕ ਦਿਨ ਸਵੇਰੇ ਸਵੇਰੇ ਉੱਠਿਆ ਮਾਰਨਿੰਗ ਵਾਕ ਤੇ ਨਿਕਲਿਆ ਬਾਹਰ ਨੂੰ ਜੰਗਲ ਵੱਲ ਨੂੰ ਨਿਕਲ ਗਿਆ ਤੇ ਵਿੱਚ ਨਾ ਜੰਗਲ ਚ ਇੱਕ ਟਿੱਬਾ ਸੀ ਤੇ ਉਹਦੇ ਉੱਤੇ ਨਾ ਇੱਕ ਵੇਖਿਆ ਉਹਨੇ ਬਜ਼ੁਰਗ ਜਿਹੜਾ ਨਾ ਸੂਰਜ ਵੱਲ ਨੂੰ ਮੂੰਹ ਕਰਕੇ ਬੈਠਾ ਉਹਦਾ ਸਵੇਰੇ ਸਵੇਰੇ ਧੁੱਪ ਚੜ੍ਹਦੀ ਸੀ ਵੀ ਗਰੀਬ ਬੰਦਾ ਜਿਹੜਾ ਬਜ਼ੁਰਗ ਸੀ ਸੂਰਜ ਵੱਲ ਨੂੰ ਚੌਂਪੜਾ ਮਾਰ ਕੇ ਬੈਠਾ ਤੇ ਧੁੱਪ ਵੱਲ ਨੂੰ ਉਹਨੇ ਮੂੰਹ ਕੀਤਾ ਉਹਦਾ ਜਾ ਕੇ ਬਾਦਸ਼ਾਹ ਨੇ ਉਹਨੂੰ ਪੁੱਛਿਆ ਵੀ ਤੂੰ ਬਜ਼ੁਰਗਾ ਇੱਥੇ ਬਹਿ ਰਿਹਾ ਉਹਦਾ ਉਹਨੇ ਆਖਿਆ ਮੈਂ ਇੱਥੇ ਹੀ ਰਹਿਣਾ ਉਹਨੇ ਆਖਿਆ ਬਾਦਸ਼ਾਹ ਨੇ ਆਖਿਆ ਵੀ ਖਾਣਾ ਕਿੱਥੋਂ ਹੈ ਫਿਰ ਉਹਨੇ ਆਖਿਆ ਵੀ ਜੰਗਲ ਵਿੱਚ ਫਰੂਟ ਵਗੈਰਾ ਬਥੇਰੇ ਹੁੰਦੇ ਨੇ ਫਲ ਵਗੈਰਾ ਮੈਂ ਉੱਥੋਂ ਫਲ ਤਰੋੜ ਕੇ ਖਾ ਲੈਣਾ ਤੇ ਜ਼ਿੰਦਗੀ ਦਾ ਗੁਜ਼ਾਰਾ ਪਿਆ ਕਰਨਾ ਬਾਦਸ਼ਾਹ ਆਖਿਆ ਠੀਕ ਹੈ ਬਾਦਸ਼ਾਹ ਕਿਹਾ ਸੌਣਾ ਬਹਿਣਾ ਖਲੋਣਾ ਕੱਪੜੇ ਉਹਨੇ ਆਖਿਆ ਵੀ ਕੱਪੜੇ ਲੰਘਦੇ ਟੱਪਦੇ ਜਿਹੜੇ ਕੋਲ ਜਾਂਦੇ ਨੇ ਮੁਸਾਫਰ ਲੋਕ ਉਹ ਮੈਨੂੰ ਕੋਈ ਨਾ ਕੋਈ ਸੂਟ ਦੇ ਜਾਂਦੇ ਨੇ ਪਾਉਣ ਵਾਸਤੇ ਤੇ ਬਾਕੀ ਰਹੀ ਸੌਣ ਦੀ ਗੱਲ ਤੇ ਉਹਦੇ ਵਾਸਤੇ ਵੀ ਲੰਘਦੇ ਮੁਸਾਫਰ ਹੀ ਮੈਨੂੰ ਦੋ ਕੰਬਲ ਦੇ ਗਏ ਨੇ ਸਰਦੀਆਂ 'ਚ ਮੈਂ ਉਹ ਇਸਤੇਮਾਲ ਕਰਨਾ ਤੇ ਗਰਮੀਆਂ 'ਚ ਮੈਂ ਜਿੱਥੇ ਦਿਲ ਕਰਦਾ ਲੇਟ ਰਹਿਣਾ ਅੱਲਾ ਦੀ ਸਾਰੀ ਜ਼ਮੀਨ ਹੈ ਨਾ ਕੋਈ ਮੈਨੂੰ ਕੁਛ ਆਉਂਦਾ ਨਾ ਕੁਛ ਨਾ ਕਾਜ ਤੇ ਆਪਣੀ ਜ਼ਿੰਦਗੀ ਦੇ ਦਿਨ ਪਿਆ ਕੱਢਣਾ ਉਹਨੇ ਆਖਿਆ ਅੱਛਾ ਉਹਨੇ ਆਖਿਆ ਤੂੰ ਤਾਂ ਆਪਣੀ ਜ਼ਿੰਦਗੀ ਤੋਂ ਬੜਾ ਮੁਤਮਇਨ ਲੱਗਣਾ ਮੈਨੂੰ ਉਹਨੇ ਆਖਿਆ ਜੀ ਹਾਂ ਮੈਂ ਅਲਹਮਦੁਲਿਲਾ ਬੜਾ ਹੁਸ਼ ਹੈ ਲਾਗ ਤੇ ਆਪਣੇ ਥਾਂ ਤੇ ਖੁਸ਼ੀ ਖੁਸ਼ੀ ਜ਼ਿੰਦਗੀ ਬਸਰ ਕਰਨਾ ਪਿਆ ਬਾਦਸ਼ਾਹ ਆਖਿਆ ਮੈਨੂੰ ਵੀ ਕੋਈ ਨੁਸਖਾ ਦੇ ਹੜ ਵੀ ਮੈਂ ਵੀ ਖੁਸ਼ ਰਵਾਂ ਉਹਨੇ ਆਖਿਆ ਬਾਦਸ਼ਾਹ ਸਲਾਮਤ ਤੁਹਾਨੂੰ ਮੈਂ ਨੁਸਖਾ ਦਿਆਂਗਾ ਕਿ ਤੁਸੀਂ ਖੁਸ਼ ਰਵੋ ਲੇਕਿਨ ਇੱਥੇ ਨਹੀਂ ਮੈਂ ਦੱਸਾਂਗਾ ਮੈਂ ਤੁਹਾਡੇ ਦਰਬਾਰ 'ਚ ਚੱਲ ਕੇ ਦੱਸਾਂਗਾ ਉਹਨੇ ਆਖਿਆ ਬਾਦਸ਼ਾਹ ਨੇ ਵੀ ਚਲੋ ਠੀਕ ਹੈ ਲੈ ਗਿਆ ਉਹਨੂੰ ਵੀ ਨਾਲ ਦਰਬਾਰ ਵਿੱਚ ਦਰਬਾਰ 'ਚ ਜਾ ਕੇ ਉਹਨੇ ਆਖਿਆ ਬਾਦਸ਼ਾਹ ਸਲਾਮਤ ਜਿਹੜੀਆਂ ਤੁਹਾਨੂੰ ਅਰਜ਼ੀਆਂ ਲੋਕਾਂ ਪਾਈਆਂ ਹੁੰਦੀਆਂ ਨਾ ਦਰਖਾਸਤਾਂ ਉਹ ਇੱਕ ਦਰਖਾਸਤ ਕੱਢੋਗੇ ਜੀ ਬਾਦਸ਼ਾਹ ਨੇ ਉਹ ਡੱਬਾ ਇੱਕ ਮੰਗਾਇਆ ਉਹਦੇ ਵਿੱਚੋਂ ਇੱਕ ਦਰਖਾਸਤ ਕੱਢੀ ਉਹਨੇ ਆਖਿਆ ਖੋਲੋ ਕੀ ਲਿਖਿਆ ਉਹ ਵਿੱਚ ਬੰਦੇ ਲਿਖਿਆ ਵੀ ਮੈਨੂੰ ਇੰਨੀਆਂ ਪਰੇਸ਼ਾਨੀਆਂ ਨੇ ਯੇ ਹੈ ਵੋ ਹੈ ਤੇ ਮੇਰੀ ਕੋਈ ਇਮਦਾਦ ਕੀਤੀ ਜਾਏ ਉਹਨੇ ਆਖਿਆ ਬਾਦਸ਼ਾਹ ਸਲਾਮਤ ਦਾ ਬੰਦੇ ਨੂੰ ਸਵੇਰੇ ਬੁਲਾਓ ਬੁਲਾ ਦਿੱਤਾ ਗਿਆ ਉਹਨੇ ਆਖਿਆ ਬਾਹਰ ਦਰਬਾਰ ਦੇ ਜਿਹੜਾ ਨਾ ਸਟੇਜ ਲਵਾ ਦਿਓ ਉੱਥੇ ਬਵਾਂਗੇ ਤੇ ਬੰਦੇ ਨਾਲ ਉੱਥੇ ਗੱਲਬਾਤ ਹੋਏਗੀ ਸਟੇਜ ਲੱਗ ਗਿਆ ਜੀ ਬਾਹਰ ਬੰਦੇ ਨੂੰ ਬੁਲਾ ਲਿੱਤਾ ਗਿਆ ਬੰਦੇ ਨੂੰ ਬੁਲਾ ਕੇ ਤੇ ਉਹ ਬਜ਼ੁਰਗ ਨੇ ਆਖਿਆ ਵਈ ਕਿ ਬਾਦਸ਼ਾਹ ਸਲਾਮਤ ਇਹਨੂੰ ਕਹੋ ਕਿ ਦੌੜ ਲਾ ਤੇ ਤੂੰ ਜਿੱਥੋਂ ਤੱਕ ਦੌੜ ਆਏਗਾ ਨਾ ਉਨੀ ਜ਼ਮੀਨ ਤੇਰੀ ਸ਼ਾਮ ਤੱਕ ਜਿੱਥੋਂ ਉਹ ਆਏ ਬਾਦਸ਼ਾਹ ਆਖਿਆ ਠੀਕ ਹੈ ਬਾਦਸ਼ਾਹ ਆਖਿਆ ਵੀ ਚੱਲ ਬਈ ਆ ਗਰਾਊਂਡ 'ਚ ਤੂੰ ਦੌੜਨਾ ਸ਼ੁਰੂ ਕਰ ਦੇ ਲੰਮੀ ਚੌੜੀ ਜ਼ਮੀਨ ਸੀ ਬਾਦਸ਼ਾਹ ਦੀ ਜਿੱਥੋਂ ਤੱਕ ਤੂੰ ਸ਼ਾਮ ਤੱਕ ਦੌੜ ਆਏ ਉਨੀ ਸਾਰੀ ਜ਼ਮੀਨ ਤੇਰੀ ਬੰਦਾ ਦੜਵਾ ਦਿੱਤਾ ਗਿਆ ਜੀ ਉਹ ਬੰਦੇ ਨੇ ਦੌੜਨ ਤੋਂ ਪਹਿਲੇ ਨਾ ਜਿਹੜਾ ਪ੍ਰੋਗਰਾਮ ਬਣਾਇਆ ਵੀ ਮੈਂ ਜ਼ੋਹਰ ਤੱਕ ਦੌੜਾਂਗਾ ਆਗਾ ਨੂੰ ਤੇ ਬਾਅਦ 'ਚ ਮਗਰਬ ਤੱਕ ਜਿਹੜਾ ਨਾ ਮੈਂ ਵਾਪਸ ਆਈਆਂਗਾ ਜਿਉਂ ਤਾਂ ਉਹਨੇ ਦੌੜਨਾ ਸ਼ੁਰੂ ਕੀਤਾ ਜ਼ੋਹਰ ਤੱਕ ਉਹ ਦੌੜੀ ਗਿਆ ਆਗਾ ਨੂੰ ਦੌੜੀ ਗਿਆ ਜ਼ੋਹਰ ਵੇਲੇ ਜਾ ਕੇ ਬੈਠਾ ਜਾ ਕੇ ਉਹਨੇ ਸੋਚਿਆ ਬਈ ਜੇ ਮੈਂ ਅਸਰ ਤੱਕ ਹੋਰ ਸਪੀਡ ਥੋੜ੍ਹੀ ਜਿਹੀ ਵਧਾ ਲਵਾਂ ਤੇ ਅਸਰ ਤੱਕ ਮੈਂ ਹੋਰ ਜ਼ਮੀਨ ਘੇਰ ਲਾਂਗਾ ਉਹਨੇ ਸੋਚਿਆ ਵੀ ਅਗਾਂ ਨਹੀਂ ਦੌੜੋ ਅਸਰ ਤੱਕ ਉਹਗਾ ਨੂੰ ਦੌੜਦਾ ਰਿਹਾ ਅਸਰ ਵੇਲੇ ਉਹਨੇ ਫਿਰ ਵਾਪਸੀ ਦਾ ਸਫ਼ਰ ਸ਼ੁਰੂ ਕੀਤਾ ਹੁਣ ਜਿਉਂ ਜਿਉਂ ਦੌੜ ਲਾਏ ਤਿਉਂ ਤਿਉਂ ਸੂਰਜ ਵੀ ਡੁੱਬਦਾ ਜਾਏ ਉਹਨੇ ਆਖਿਆ ਵੀ ਲੈ ਉਹਨੇ ਸਪੀਡ ਹੋਰ ਵਧਾ ਦਿੱਤੀ ਹੋਰ ਵਧਾ ਦਿੱਤੀ ਕਰਦਿਆਂ ਇੰਨਾ ਥੱਕ ਗਿਆ ਵਾਪਸ ਪਹੁੰਚਣ ਤੱਕ ਕਿ ਉਹਦੇ ਫੇਫੜੇ ਅੰਦਰੋਂ ਪਾਟ ਗਏ ਦੌੜ ਦੌੜ ਕੇ ਨਾ ਸਾਹ ਲੈ ਕੇ ਫੇਫੜੇ ਅੰਦਰੋਂ ਪਾਟ ਗਏ ਸਾਰੇ ਆ ਕੇ ਉਹ ਖਲੋਤਾ ਨਾਲ ਹੀ ਉਹ ਡਿੱਗ ਪਿਆ ਮਰ ਗਿਆ ਜਗ੍ਹਾ ਉਹਨੇ ਪੂਰੀ ਕਰ ਲਈ ਬਾਦਸ਼ਾਹ ਆਖਿਆ ਵੀ ਇਹ ਕੀ ਹੋਇਆ ਉਹਨੇ ਆਖਿਆ ਬਾਦਸ਼ਾਹ ਸਲਾਮਤ ਅਸਲ ਜਿੱਥੇ ਬੰਦਾ ਡਿੱਗਿਆ ਨਾ ਜਗ੍ਹਾ ਦੀ ਬੰਦੇ ਨੂੰ ਇੰਨੀ ਕੁ ਲੋੜ ਹੁੰਦੀ ਹੈ 6 ਫੁੱਟ 7 ਫੁੱਟ 8 ਫੁੱਟ ਦਾ ਤੇ ਹੁਣ ਕਰਦੀ ਨਹੀਂ ਹੁੰਦਾ 5-6 ਫੁੱਟ ਹੀ ਹੁੰਦਾ ਬਾਕੀ ਰਹੀ ਗੱਲ ਬੰਦੇ ਦੇ ਲਾਲਚ ਦੀ ਤੇ ਆ ਲਾਲਚ ਹੀ ਹਰ ਬੰਦੇ ਨੂੰ ਬਈ ਮੈਂ ਬਹੁਤੇ ਤੋਂ ਬਹੁਤਾ ਹਾਸਲ ਕਰ ਲਾਂ ਉਹਨੇ ਆਖਿਆ ਬੰਦਾ ਦੌੜਿਆ ਜ਼ੋਹਰ ਤੱਕ ਜਿੱਥੋਂ ਤੱਕ ਦੌੜਿਆ ਸੀ ਜੇ ਉਹਨਾਂ ਵੀ ਹੋ ਕੇ ਵਾਪਸ ਆ ਜਾਂਦਾ ਤੇ ਇਹਦੇ ਵਾਸਤੇ ਇੰਨਾ ਕੁ ਹੋ ਜਾਣਾ ਸੀ ਕਿ ਸਾਰੀ ਜ਼ਿੰਦਗੀ ਬਹਿ ਕੇ ਪਿਆ ਖਾਏ ਨਾ ਤੇ ਨਹੀਂ ਮੁੱਕਦਾ ਲੇਕਿਨ ਇਸ ਬੰਦੇ ਨੇ ਆਖਿਆ ਵੀ ਨਹੀਂ ਮੈਂ ਅਸਰ ਤੱਕ ਦੌੜਾਂਗਾ ਤੇ ਬਹੁਤੀ ਜ਼ਮੀਨ ਆਈਏਗੀ ਮੈਂ ਹੋਰ ਖੁਸ਼ੀ ਨਾਲ ਜਿਹੜਾ ਨਾ ਜ਼ਿੰਦਗੀ ਬਸਰ ਕਰ ਸਕਾਂਗਾ ਹਾਲਾਂਕਿ ਉਹ ਹੁਣ ਵੀ ਖੁਸ਼ੀ ਨਾਲ ਹੀ ਜ਼ਿੰਦਗੀ ਬਸਰ ਕਰਦਾ ਸੀ ਪਿਆ ਮੇਰੇ ਮੁਕਾਬਲੇ 'ਚ ਕਿ ਆਪਣੀ ਛੱਤ ਸੀ ਉਹਦੀ ਬੀਵੀ ਬੱਚੇ ਸਾਰਾ ਕੁਛ ਉਹਦੇ ਕੋਲ ਸੀ ਰੋਜ਼ਮਰਾ ਦੇ ਉਹਦੇ ਮਾਮੂਲਾਂ ਤੇ ਜ਼ਿੰਦਗੀ ਚੱਲ ਰਹੇ ਹਨ ਖਾਂਦਾ ਪੀਂਦਾ ਹੀ ਪਿਆ ਘਰ ਵਿੱਚ ਉਹ ਖੁਸ਼ ਬੈਠ ਖਲੋਣ ਖੁਸ਼ੀ ਨਾਲ ਹੀ ਲੇਕਿਨ ਹੁਣ ਇੱਕ ਬੰਦਾ ਆਖੇ ਵੀ ਮੈਂ ਜ਼ਿਆਦਾ ਤੋਂ ਜ਼ਿਆਦਾ ਹਾਸਲ ਕਰ ਲਾਂ ਤੇ ਆਪਣੇ ਥੋੜ੍ਹੇ ਤੋਂ ਵੀ ਜਿਹੜਾ ਨਾ ਉਹ ਜਾਂਦਾ ਰਹੇ ਤੇ ਫਿਰ ਬੰਦੇ ਨੇ ਮਰਨਾ ਹੀ ਹੈ ਹੋਰ ਤੇ ਕੋਈ ਉਹਦਾ ਜਿਹੜਾ ਨਾ ਮੁਕਾਮ ਨਹੀਂ ਹੈ ਤੇ ਜੇ ਬੰਦੇ ਖੁਸ਼ ਰਹਿਣਾ ਹੋਏ ਤੇ ਮੈਂ ਜਿਵੇਂ ਜੰਗਲ 'ਚ ਰਹਿਣਾ ਪਿਆ ਤਾਂ ਖੁਸ਼ੀ ਨਾਲ ਜ਼ਿੰਦਗੀ ਬਸਰ ਕਰਨਾ ਪਿਆ ਤੇ ਇਹ ਹੀ ਬਾਦਸ਼ਾਹ ਤੇਰਾ ਵੀ ਹਾਲ ਹੈ ਕਿ ਜੇ ਤੂੰ ਵੀ ਬਹੁਤੇ ਤੋਂ ਬਹੁਤੇ ਦੀ ਲਾਲਚ ਵਿੱਚ ਨਾ ਪਵੇਂ ਕਿ ਮਜ਼ੀਦ ਰਿਆਸਤਾਂ ਮੈਂ ਹਾਸਲ ਕਰ ਲਾਂ ਮਜ਼ੀਦ ਸੋਨਾ ਮੈਂ ਹਾਸਲ ਕਰ ਲਾਂ ਮਜ਼ੀਦ ਅਸ਼ਰਫੀਆਂ ਹਾਸਲ ਕਰ ਲਾਂ ਇਹ ਹਾਸਲ ਕਰ ਲਾਂ ਉਹ ਹਾਸਲ ਕਰ ਲਾਂ ਤੇ ਫਿਰ ਬਾਦਸ਼ਾਹ ਬੰਦਾ ਖੁਸ਼ ਨਹੀਂ ਰਹਿ ਸਕਦਾ ਤੇ ਬਸ ਆਪਣੇ ਅੰਦਰੋਂ ਲਾਲਚ ਤੇ ਹਿਰਸ ਜਿਹੜੀ ਹੈ ਨਾ ਇਹ ਖਤਮ ਕਰ ਦੇ ਤੇ ਤੂੰ ਠੀਕ